ਸਤ ਸ੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਥ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜੀ ਜਿਸ ਦੇ ਵਿੱਚ ਰੇਲਵੇ ਦੀ ਵੈਕੈਂਸੀਜ਼ ਦੇ ਬਾਰੇ ਵਿੱਚ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜਿਹੜੀ ਕਿ ਲੇਟੈਸਟ ਰਿਕਰੂਟਮੈਂਟ ਹੈ ਆਊਟ ਕੀਤੀ ਗਈ ਹੈ ਕਿੱਦਾਂ ਤੁਸੀਂ ਇਸਦੇ ਲਈ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਤੁਹਾਨੂੰ ਮੈਂ ਦਵਾਗਾ ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆਏ ਹੋ ਤਾਂ ਚੈਨਲ ਨੂੰ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਜ਼ ਦੀ ਗੱਲ ਕਰਾਂ ਹੋਰ ਬਹੁਤ ਸਾਰੀਆਂ ਵੈਕੈਂਸੀਜ਼ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟ ਦੇ ਲਈ ਤੁਸੀਂ ਜੁੜੇ ਰਹਿਣਾ ਸਾਡੇ ਨਾਲ ਹਰ ਇੱਕ ਅਪਡੇਟ ਨੂੰ ਸਾਡੀ ਵੈਬਸਾਈਟ www.clui.com ਤੇ ਜਾ ਕੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਤੇ ਨਾਲ ਦੇ ਨਾਲ ਤੁਹਾਨੂੰ ਕੋਈ ਡਾਊਟ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਤੁਸੀਂ ਪੁੱਛ ਵੀ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਬਾਕੀ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸ਼ੇਅਰ ਕਰਦਾ ਹਾਂ ਤੇ ਕੀਤੀ ਗਈ ਹੈ ਨਹੀਂ ਉਹ ਦੇਖ ਲੈਣੇ ਹੈ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਕਿਹੜੀ ਕਿਹੜੀ ਪੋਸਟਾਂ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ ਤਾਂ ਇਸ ਦੇ ਵਿੱਚ ਜਿਹੜੀਆਂ ਕਿ ਐਗਜ਼ੀਕਿਊਟਿਵ ਸਿਵਲ ਦੀਆਂ ਵੈਕੈਂਸੀਜ਼ ਨੇ ਐਗਜ਼ੀਕਿਊਟਿਵ ਇਲੈਕਟ੍ਰੀਕਲ ਦੀਆਂ ਨੇ ਠੀਕ ਹੈ ਜੀ ਸਭ ਤੋਂ ਪਹਿਲਾਂ ਸਿਵਲ ਦੀ ਗੱਲ ਕਰਾਂ ਤਾਂ ਇਸ ਦੇ ਵਿੱਚ ਟੋਟਲ 50 ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਐਗਜ਼ੀਕਿਊਟਿਵ ਇਲੈਕਟ੍ਰੀਕਲ ਦੀਆਂ 30 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਐਗਜ਼ੀਕਿਊਟਿਵ ਆਪਰੇਸ਼ਨ ਬਿਜ਼ਨਸ ਐਂਡ ਡਿਵੈਲਪਮੈਂਟ ਦੀਆਂ 235 ਪੋਸਟਾਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇ ਐਗਜ਼ੀਕਿਊਟਿਵ ਇਨਫੋਰਮੇਸ਼ਨ ਟੈਕਨੋਲੋਜੀ ਦੀਆਂ ਟੋਟਲ ਜਿਹੜੀਆਂ ਨੇ ਉਹ 6 ਪੋਸਟਾਂ ਆਊਟ ਕੀਤੀਆਂ ਗਈਆਂ ਨੇ ਜੂਨੀਅਰ ਐਗਜ਼ੀਕਿਊਟਿਵ ਮਤਲਬ ਜੇ ਇ ਇਲੈਕਟ੍ਰੀਕਲ ਦੀਆਂ 24 ਪੋਸਟਾਂ ਨੇ ਜੂਨੀਅਰ ਐਗਜ਼ੀਕਿਊਟਿਵ ਸਿਗਨਲ ਐਂਡ ਟੈਲੀਕਮਿਊਨੀਕੇਸ਼ਨ ਦੀਆਂ 148 ਪੋਸਟਾਂ ਨੇ ਜੂਨੀਅਰ ਐਗਜ਼ੀਕਿਊਟਿਵ ਮੈਕੈਨਿਕਲ ਦੀਆਂ 9 ਪੋਸਟਾਂ ਨੇ ਟੋਟਲ ਨੰਬਰ ਆਫ ਪੋਸ ਦੀ ਗੱਲ ਕਰਾਂ ਤਾਂ ਜਿਹੜੀਆਂ ਨੇ ਇੱਥੇ ਟੋਟਲ ਜਿਹੜੀਆਂ ਆਊਟ ਕੀਤੀਆਂ ਗਈਆਂ ਨੇ 535 ਪੋਸਟਾਂ ਨੇ ਜਿਹੜੇ ਕੀ ਆਊਟ ਕੀਤੀਆਂ ਗਈਆਂ ਨੇ ਜਿਦੇ ਲਈ ਤੁਸੀਂ ਅਪਲਾਈ ਕਰ ਸਕਦੇ ਹੋ ਇਹਦੇ ਲਈ ਅਪਲਾਈ ਕਰਨਾ ਜਿਹੜਾ 25 2023 ਤੋਂ ਜਿਹੜਾ ਸਟਾਰਟ ਹੋ ਜਾਵੇਗਾ 5 ਵਜੇ ਸ਼ਾਮ ਨੂੰ 4 ਵਜੇ ਸ਼ਾਮ ਨੂੰ ਔਰ 19 6 2023 ਤੱਕ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਬਿਲਕੁਲ ਰੈਗੂਲਰ ਵੈਕੈਂਸੀਜ਼ ਨੇ 1 ਮਹੀਨਾ ਦਾ ਟਾਈਮ ਪੂਰਾ ਦਿੱਤਾ ਗਿਆ ਇਹਦੇ ਲਈ ਅਪਲਾਈ ਕਰਨ ਦੇ ਲਈ ਡਿਟੇਲਡ ਐਡਵਰਟਾਈਜ਼ਮੈਂਟ ਜਿਹੜਾ ਕੀ ਇਹਨਾਂ ਦੀ ਵੈੱਬਸਾਈਟ ਤੇ ਉਹ ਅਵੇਲੇਬਲ ਹੋਵੇਗਾ ਜਿਹੜਾ ਲਿੰਕ ਮੈਂ ਤੁਹਾਨੂੰ ਦੇ ਦਦਾ ਕੈਰੀਅਰ ਸੈਕਸ਼ਨ 'ਚ ਜਾ ਕੇ ਤੁਸੀਂ ਚੈੱਕ ਕਰ ਨਹੀਂ ਕੀਤਾ ਹੋਇਆ ਜਿੰਨੇ ਕੈਂਡੀਡੇਟ ਨੇ ਡਿਗਰੀ ਰੈਲੇਵੈਂਟ ਡਿਸਪਲਿਨ ਚ ਕੀਤੀ ਹੋਈ ਹੈ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜੀ ਬਾਕੀ ਹਲੇ ਇਹਨਾਂ ਨੇ ਫੁੱਲ ਫਲੈਜ ਨੋਟੀਫਿਕੇਸ਼ਨ ਜਦੋਂ ਆਊਟ ਕਰਨਗੇ ਮੈਂ ਤੁਹਾਨੂੰ ਪੂਰਾ ਨੋਟੀਫਿਕੇਸ਼ਨ ਦਾ ਲਿੰਕ ਡਿਸਕ੍ਰਿਪਸ਼ਨ ਚ ਦੇ ਦਵਾਂਗਾ ਤੁਸੀਂ ਚੈੱਕ ਕਰਕੇ ਉਥੋਂ ਅਪਲਾਈ ਕਰ ਪਾਉਗੇ ਸੋ ਇਹ ਵੈਕੈਂਸੀ ਜਿਹੜੇ ਆਊਟ ਕੀਤੀਆਂ ਗਈਆਂ ਨੇ ਉਹ ਡੀ ਐਫ ਸੀ सी ऑफ इंडिया ਵੱਲੋਂ ਆਊਟ ਕੀਤੀ ਗਈ ਹੈ ਜੋ ਕਿ ਡੈਡੀਕੇਟਿਡ ਫਰਾਈਡ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਹੈ ਜਿਹੜਾ ਕਿ ਤੁਸੀਂ ਇੰਡੀਅਨ ਰੇਲਵੇ ਦੇ ਵੱਲੋਂ ਹੀ ਨੋਟੀਫਿਕੇਸ਼ਨ ਹੈ ਮਤਲਬ ਇਹ ਰੇਲਵੇ ਦੀ ਰਿਕਰੂਟਮੈਂਟਸ ਜਿਹੜੀਆਂ ਕਿ ਆਊਟ ਕੀਤੀਆਂ ਗਈਆਂ ਨੇ ਠੀਕ ਹੈ ਜੀ ਮਿਨਿਸਟਰੀ ਆਫ ਰੇਲਵੇ ਦੇ ਅੰਡਰ ਇਹ ਆਉਂਦਾ ਹੈ ਸੋ ਉਹਦੇ ਵਿੱਚ ਇਹ ਵੈਕੈਂਸੀ ਜਿਹੜੀਆਂ ਨੇ ਉਹ ਆਊਟ ਹੋਈਆਂ ਨੇ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਦਵਾਂਗਾ ਇਹ ਸ਼ਾਰਟ ਨੋਟੀਫਿਕੇਸ਼ਨ ਐਕਚੁਅਲੀ ਫੁੱਲ ਫਲੈਜ ਨੋਟੀਫਿਕੇਸ਼ਨ ਹਲੇ ਆਊਟ ਹੋਏਗਾ ਸੋ ਬਾਕੀ ਡੀਟੇਲ ਤੁਹਾਨੂੰ ਜਿਹੜੀ ਇਹ ਮਿਲ ਜਾਵੇਗੀ ਲਿੰਕ ਡਿਸਕ੍ਰਿਪਸ਼ਨ ਚ ਹੋਏ ਕਰ ਪਾਉਂਗੇ ਤੇ ਚਲੋ ਹੁਣ ਮੈਂ ਤੁਹਾਨੂੰ ਮਿਲਾਂਗਾ ਨਵੀਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ